ਮੂੰਗੀ ਵਾਲੀ, ਅਦਰਕ ਵਾਲੀ, ਜੀਰੀ ਵਾਲੀ, ਜੁਆਇਣ ਵਾਲੀ, ਕਾਲੀਆਂ ਮਿਰਚਾਂ, ਚਟਪਟੀਆਂ ਟਿੱਕੀਆਂ ਗਰਮ ਗਰਮ, ਸੜਦੀਆਂ ਬਲਦੀਆਂ ਭਾਜੀ, ਫੂਕੇ ਮਾਰ ਕੇ ਖਾਓ, ਚਰਗੇ ਪਟੇਰੇ ਤੁੰਬੇ ਹੜੀਓ ਪੱਸੀਓ ਬਗੈਰ, ਫੁੱਲ ਗਰਮ ਟਿੱਕੀਆਂ ਛੇ ਅਠਾਰਾਂ ਹਜ਼ਾਰੀ ਦੀਆਂ, ਗਰਮ ਗਰਮ ਟਿੱਕੀਆਂ ਭਾਜੀ, ਟਿੱਕੀਆਂ ਗਰਮ ਗਰਮ। ਹਾਂਜੀ, ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕੁਮ ਨਾਜ਼ਰੀਨ, ਕੈਸੇ ਆਪ? ਉਮੀਦ ਆਪ ਖੈਰੀਅਤ ਸੇ ਹੋਗੇ। ਮੈਂ ਹੂੰ ਆਪਕਾ ਦੋਸਤ ਰਿਜ਼ਵਾਨ ਬੁਖਾਰੀ, ਆਪ ਦੇਖ ਰਹੇ ਮੇਰਾ ਯੂਟਿਊਬ ਚੈਨਲ ਫੈਸ਼ਨ ਅਬਾਉਟ ਟਰੈਵਲ ਐਂਡ ਟੂਰ। ਮੈਂ ਮੌਜੂਦ ਹੂੰ ਇਸ ਵਕਤ 18 ਹਜ਼ਾਰੀ ਚੌਂਕ ਮੇਂ। ਜੰਗ ਸੇ ਅਗਰ ਆਏਂਗੇ ਹਮ ਤੋ ਹੈਡ ਦਰੀਮੂ ਸੇ ਗੁਜ਼ਰ ਕਰ ਆਏਂਗੇ 18 ਹਜ਼ਾਰੀ ਚੌਂਕ ਮੇਂ। ਯਹਾਂ ਸੇ ਦੋ ਰਾਸਤੇ ਗੁਜ਼ਰਤੇ ਹੈ, ਏਕ ਜਾਤਾ ਹੈ ਕੋਟ ਬਹਾਦਰ ਕੋ ਔਰ ਜੋ ਹੈ ਹਕੂ ਸੁਲਤਾਨ ਕੀ ਤਰਫ, ਦੂਸਰਾ ਜਾਤਾ ਹੈ ਲਈਆ ਕੀ ਤਰਫ। ਤੋ ਹਮ ਆਪਕੋ ਦਿਖਾਤੇ ਹੈ ਚੌਂਕ, ਬੜਾ ਖੂਬਸੂਰਤ ਚੌਂਕ ਮੇਂ। ਇਸਮੇਂ ਯਹਾਂ ਪੇ ਇਹਨੇ ਬੜਾ ਖੂਬਸੂਰਤ ਸਾ ਅੱਲਾ ਨਾ ਅੱਲਾ ਕੀ ਤਰ੍ਹਾਂ ਲਿਖਾ, ਜਿਸ ਤਰ੍ਹਾਂ ਅੱਲਾ ਲਿਖਤੇ ਵੈਸੇ ਲਿਖਾ ਹੁਆ ਹੈ। ਯਹਾਂ ਪੇ ਜਵੇਦ ਟਿੱਕੀ ਵਾਲਾ ਹੈ, ਵੋ ਬਹੁਤ ਫੇਮਸ ਔਰ ਮਸ਼ਹੂਰ ਹੈ, ਆਪਕੋ ਦਿਖਾਤੇ ਉਸਕੀ ਟਿੱਕੀਆਂ। ਜਹਾਂ ਪੇ ਫੈਸ
इस्लामाबाद से और जंग से ये रोड आ रहा है, यहाँ से ये चौक ठाणा जारी है। इतना रश वाला एरिया है यहाँ पे बहुत ज़्यादा, चूँकि ये दोनों शहरों को गाड़ियाँ जा रही हैं, ट्रैफिक जाती है, बड़ी छोटी गाड़ियाँ, ट्राले, कंटेनर वगैरह, तो इस वजह से यहाँ पे बहुत ज़्यादा रश होता है हर वक्त 24 घंटे दिन रात ये चौक जो है गहमा गहमी लगी रहती है यहाँ पे। ये देखिए आप लोग खा रहे हैं, पी रहे हैं, मुसाफिर जो है हर चीज़ खाने को, स्वीट, फैक्ट्री, होटल, रेस्टोरेंट और मोबाइल शॉप वगैरह सारा कुछ।